ਜਿਹੜਾ ਆਪਣਾ ਖਾਲਸਾ ਬੀਜੇਪੀ ਜਾਂਦਾ ਨਾ, ਇਹਦਾ ਮਤਲਬ ਹੈ ਉਹਦਾ DNA ਟੈਸਟ ਕਰਾਉਣਾ ਚਾਹੀਦਾ। ਸਹੀ ਮੰਨਣ, ਜਿਹੜਾ ਆਪਣਾ ਖਾਲਸਾ ਬੀਜੇਪੀ ਜਾਂਦਾ ਨਾ, ਇਹਦਾ ਮਤਲਬ ਹੈ ਉਹਦਾ DNA ਟੈਸਟ ਕਰਾਉਣਾ ਚਾਹੀਦਾ। ਸਹੀ ਮੰਨਣ, ਜਿਹੜਾ ਆਪਣਾ ਖਾਲਸਾ ਬੀਜੇਪੀ ਜਾਂਦਾ ਨਾ, ਇਹਦਾ ਮਤਲਬ ਹੈ ਉਹਦਾ DNA ਟੈਸਟ ਕਰਾਉਣਾ ਚਾਹੀਦਾ। ਸਹੀ ਮੰਨਣ, ਅੱਜ ਖਾਸ ਕਰਕੇ ਜਿਹੜੀਆਂ ਨੈਸ਼ਨਲ ਪਾਰਟੀਆਂ, ਭਾਵੇਂ BJP ਹੈ, ਭਾਵੇਂ ਕਾਂਗਰਸ ਹੈ, ਭਾਵੇਂ ਆਪ ਹੈ, ਉਹਨਾਂ ਦਾ ਮਕਸਦ ਹੈ ਕਿ ਇਹ ਸੂਬੇ ਉੱਤੇ ਅਸੀਂ ਕਾਬਜ ਹੋਣਾ ਹੈ, ਇੰਨੇ MP ਲੈ ਕੇ ਜਾਣੇ ਹੈ, ਕੰਮ ਕਰੋ ਨਾ ਕਰੋ ਕੋਈ ਫਿਕਰ ਨਹੀਂ ਉਹਨਾਂ ਨੂੰ। ਉਹਨਾਂ ਦੀ ਲੀਡਰਸ਼ਿਪ ਦੇਖਦੀ ਹੈ ਕਿ ਸਾਡੇ ਉੱਤੋਂ ਦੇ ਹੁਕਮਰਾਨ ਸਾਨੂੰ ਕੀ ਕਹਿੰਦੇ ਹੈ। ਜੇ ਕੋਈ ਪੰਜਾਬ ਦੇ ਖਿਲਾਫ ਵੀ ਕੋਈ ਫੈਸਲਾ ਉਤਲੇ ਵਾਲੇ ਕਹਿ ਦੇਣ, ਥੱਲੇ ਵਾਲੇ ਮੰਨਣ ਲੱਗ ਜਾਂਦੇ ਆ। ਤੁਸੀਂ ਦੇਖਿਆ ਕਿਸਾਨੀ ਸੰਘਰਸ਼ ਵਿੱਚ ਜਿੰਨੇ BJP ਦੇ ਲੀਡਰ ਹੈ ਸਾਰੇ ਕਿਸਾਨਾਂ ਦੇ ਖਿਲਾਫ ਖੜੇ ਸੀ। ਆ ਹੁਣ ਤੁਸੀਂ ਦੇਖ ਲਓ, ਹੁਣੀ ਕਿਸਾਨਾਂ ਨੇ ਬਾਰਡਰ ਤੇ ਧਰਨੇ ਦਿੱਤੇ, ਆਮ ਆਦਮੀ ਪਾਰਟੀ ਦੀ ਸਰਕਾਰ ਹੋਏ ਤੇ ਆਪਣੇ ਇੱਥੇ ਡਾਂਗਾਂ ਚੱਲਣ, ਆਪਣੇ ਇੱਥੇ ਨਾਲੇ ਹੁਕਮ ਸੀ BJP ਦਾ ਤੇ ਉੱਤੋਂ। ਜੇ ਅਕਾਲੀ ਦਲ ਦੀ ਸਰਕਾਰ ਹੁੰਦੀ ਹੈ ਜਾਂ ਕਿਸੇ ਦੀ ਹਿੰਮਤ ਨਹੀਂ ਹੁੰਦੀ। ਮੈਂ ਕੋਈ ਬੇਨਤੀ ਕਰਨ ਆਇਆ, ਆਪਣੇ ਆਪਣੇ ਅਸੀਂ ਜਿਉਣਾ ਮਰਨਾ ਇੱਥੇ। ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਨੇ ਸਾਰੀ ਜ਼ਿੰਦਗੀ ਪੰਜਾਬ ਖਾਤਰ, ਸਮੁੱਚੀ ਅਕਾਲੀ ਦਲ ਲੀਡਰਸ਼ਿਪ ਨੇ ਪੰਜਾਬ ਖਾਤਰ ਲਾ ਦਿੱਤੀ। ਤੁਸੀਂ ਪੰਜਾਬ ਵਿੱਚ ਚੀਜ਼ਾਂ ਗਿਣ ਲੱਗ ਜਾਓ, ਤੁਸੀਂ ਦੇਖੋਗੇ ਜੋ ਕੁਛ ਵੀ ਬਣਿਆ ਉਦੋਂ ਹੀ ਬਣਿਆ ਜਦੋਂ ਅਕਾਲੀ ਦਲ ਦੀ ਸਰਕਾਰ, ਇੱਕ ਵੀ ਨਿਸ਼ਾਨੀ ਨਾ ਕਾਂਗਰਸ ਦੀ ਹੈ, ਨਾ ਝਾੜੂ ਵਾਲਿਆਂ ਦੀ ਹੈ ਜਾਂ ਕਿਸੇ ਦੀ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਇੱਥੇ ਜ਼ਿਲ੍ਹੇ ਦੇ ਮੁੱਖ ਮੰਤਰੀ ਰਹੇ 10 ਸਾਲ, ਇੱਕ ਨਿਸ਼ਾਨੀ ਦੱਸ ਦਿਓ। ਜਿੰਨੇ ਥਰਮਲ ਪਲਾਂਟ ਬਣਾਏ ਉਹ ਵੀ ਬਾਦਲ ਸਾਹਿਬ ਨੇ, ਜਿੰਨੇ ਏਅਰਪੋਰਟ ਬਣਾਏ ਉਹ ਵੀ ਬਾਦਲ ਸਾਹਿਬ ਨੇ, ਜਿੰਨੀਆਂ 4 6-lane ਹਾਈਵੇ ਬਣਾਏ ਉਹ ਵੀ ਬਾਦਲ ਸਾਹਿਬ ਨੇ, ਜਿੰਨੇ ਸ਼ਹਿਰਾਂ ਸੀਵਰੇਜ ਪਾਇਆ, ਜਿੰਨੇ ਪਟਿਆਲਾ ਸ਼ਹਿਰ 'ਚ ਡਿਵੈਲਪਮੈਂਟ ਕਰਾਈ ਉਹ ਵੀ ਬਾਦਲ ਸਾਹਿਬ ਨੇ। ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ SC ਸਕਾਲਰਸ਼ਿਪ ਸਾਰੀਆਂ ਬਾਦਲ ਸਾਹਿਬ ਨੇ ਦਿੱਤੀਆਂ। ਜ਼ਿਮੀਂਦਾਰ ਨੂੰ ਟਿਊਬਵੈੱਲ ਕਨੈਕਸ਼ਨ ਤੋਂ ਲੈ ਕੇ ਮੁਫ਼ਤ ਬਿਜਲੀ ਤੋਂ ਲੈ ਕੇ ਮੰਡੀਆਂ ਬਣਾਈਆਂ, ਖਾਲੇ ਬਣਾਏ, ਅੰਡਰਗਰਾਊਂਡ ਪਾਈਪ ਸਿਸਟਮ ਬਣਾਏ, ਕਸੀਆਂ ਕੱਢੀਆਂ ਅਕਾਲੀ ਸਰਕਾਰਾਂ ਨੇ। ਫਿਰ ਆਪਾਂ ਤਜਰਬੇ ਕਰਦੇ ਰਹਿੰਦੇ ਹਾਂ, ਇੱਕ ਹੁਣ ਇਹਨੂੰ ਵੋਟ ਪਾ ਕੇ ਦੇਖ ਲਈਏ ਕਿ ਇਹਨੂੰ ਵੇਟ ਦੇਵੇ। ਆਹ ਤਜਰਬਿਆਂ ਦਾ ਨੁਕਸਾਨ ਆਪਣਾ ਹੁੰਦਾ, ਆਪਣੀ ਅਗਲੀਆਂ ਪੀੜ੍ਹੀਆਂ ਦਾ ਹੁੰਦਾ। ਕੀ ਗੁਜਰਾਤੀ ਤਜਰਬੇ ਕਰਦੇ ਆ? 30 ਸਾਲ ਹੋ ਗਏ ਗੁਜਰਾਤੀਆਂ ਨੂੰ ਮੋਦੀ ਮੋਦੀ ਕਰਦੇ, ਤਾਂ ਉਹ ਕਹਿੰਦੇ ਭਾਵੇਂ ਕੁਛ ਮਰਜ਼ੀ ਹੋ ਜਾਵੇ ਅਸੀਂ ਤਜਰਬਾ ਨਹੀਂ, ਕਹਿੰਦੇ ਮੋਦੀ ਨਹੀਂ ਪਾਉਣਾ। ਅਤੇ ਆਪਣੇ ਮਿੰਟ 'ਚ ਕੋਈ ਆ ਜਾਵੇ, ਹਾਂ ਜੀ ਇਹਦੇ ਮਗਰ ਲੱਗ ਜਾਓ ਬਦਲਾ। ਹੁਣ ਆ ਭਗਵੰਤ ਮਾਨ ਮੁੱਖ ਮੰਤਰੀ ਬਣਨ ਦੇ ਲਾਇਕ ਹੈ? ਅਤੇ ਬਣਾ ਤਾਂ ਮੁੱਖ ਮੰਤਰੀ ਆਪਾਂ, 92 ਸੀਟਾਂ, ਜ਼ਮਾਨਤਾਂ ਜ਼ਬਤ ਕਰਾ ਦੀਆਂ ਸਾਰਿਆਂ ਦੀਆਂ, ਅਤੇ 2 ਸਾਲ ਬਾਅਦ ਹੁਣ ਫੈਸਲਾ ਕਰੀ ਬੈਠੇ ਹੁਣ ਭਗਵੰਤ ਮਾਨ ਦੀ ਜ਼ਮਾਨਤਾਂ ਜ਼ਬਤ ਕਰਾਉਣੀਆਂ, ਜਾਂ ਆ ਰਿਹਾ ਭਾਰ ਐਂ ਚੱਲੀ ਜਾਂਦਾ ਕੰਮ ਆਪਣਾ। ਅੱਛਾ ਘਰੋਂ ਨਿਕਲਦਾ ਨਹੀਂ, ਕੋਈ ਫਿਕਰ ਨਹੀਂ, ਤੂੰ ਜਿਉਂਦੇ ਮਰਦੇ ਉਹਨੇ ਦਾ ਮੇਲਾ ਲੁੱਟ ਲਿਆ, ਹੁਣ ਕਹਿ 5 ਸਾਲ ਦਾ ਮੈਂ ਐਸ਼ ਕਰੂੰਗਾ। ਕੈਪਟਨ ਸਾਹਿਬ ਨੇ 5 ਸਾਲ ਐਸ਼ ਕੀਤੀ। ਤੁਸੀਂ ਦੇਖ ਲਓ, ਭਾਵੇਂ ਅਕਾਲੀ ਦਲ ਆਪੋਜੀਸ਼ਨ 'ਚ ਹੋਏ ਫਿਰ ਵੀ ਤੁਹਾਡੇ ਵਿੱਚ ਹੀ ਰਹਿੰਦੀ ਹੈ। ਮੈਂ ਫਿਰ ਵੀ ਪਿੰਡ ਪਿੰਡ ਤੁਰਿਆ ਫਿਰਦਾ, ਨਾ ਕੈਪਟਨ ਨੇ ਆਉਣਾ ਨਾ ਭਗਵੰਤ ਮਾਨ ਨੇ ਆਉਣਾ। ਆਹ ਫਰਕ ਆ ਆਪਣੇ, ਅਕਾਲੀ ਦਲ ਤੁਹਾਡੀ
ਤੁਹਾਡੀ ਜਾਨ ਹੈ, ਤੁਹਾਡੇ ਬਜ਼ੁਰਗਾਂ ਦੀ ਸ਼ਹਾਦਤਾਂ ਦੇ ਕੇ ਬਣਾਈ ਪਾਰਟੀ ਹੈ, ਕੋਈ ਮੇਰੀ ਜਾਇਦਾਦ ਨਹੀਂ, ਅੱਜ ਮੈਨੂੰ ਸੇਵਾ ਮਿਲੀ ਹੈ, ਕੱਲ੍ਹ ਕਿਸੇ ਨੂੰ ਮਿਲੂਗੀ, ਪਰਸੋਂ ਕਿਸੇ ਕੋਲ ਜਾਊਗੀ, ਪਰ ਆਪਣੀ ਕੌਮ ਦੀ ਆਵਾਜ਼, ਆਪਣੇ ਪੰਜਾਬ ਦੀ ਆਵਾਜ਼ ਜੇ ਹੁਣ ਨਾ ਇਕੱਠੇ ਹੋਏ, ਹੁਣ ਮੁਕਾਬਲਾ ਸਿੱਧਾ ਇੱਕ ਪਾਸੇ ਪੰਜਾਬ ਹੈ, ਇੱਕ ਪਾਸੇ ਪੰਜਾਬ ਦਾ ਕਿਸਾਨ ਹੈ, ਇੱਕ ਪਾਸੇ ਕਿਸਾਨ ਦਾ ਗਰੀਬ ਮਜ਼ਦੂਰ ਵਪਾਰੀ ਹੈ, ਪੰਜਾਬੀ ਹੈ, ਦੂਜੇ ਪਾਸੇ ਹੈ ਦਿੱਲੀ ਦੀ ਤਾਕਤਾਂ, ਜੇ ਹੁਣ ਵੀ ਵੋਟਾਂ ਪੈ ਗਈਆਂ ਉਹਨਾਂ ਨੂੰ, ਫਿਰ ਤਾਂ ਸ਼ਰਮ ਆਉਣੀ ਚਾਹੀਦੀ ਆਪਣੇ। ਦੇਖੋ ਤੁਹਾਨੂੰ ਦਿੱਲੀ ਨਹੀਂ ਜਾਣ ਦਿੱਤਾ, ਇਹਨਾਂ ਨੇ ਬਾਰਡਰ ਸੀਲ ਕਰਤੇ, ਉੱਥੇ ਬੰਬ ਚਲਾਏ, ਸਾਰਾ ਕੁਛ ਚਲਾਇਆ ਤੁਹਾਨੂੰ। ਆਪਾਂ ਤਾਂ ਦਿੱਲੀ ਪ੍ਰੋਟੈਸਟ ਕਰਨੀ ਚੱਲੇ ਸੀ ਕਿ ਤੁਸੀਂ ਕਿਉਂ ਨਹੀਂ ਹੁਣ ਬਾਰਡਰ ਸੀਲ ਕਰਦੇ, ਕਿ ਅਸੀਂ ਇੱਕ ਵੀ ਵੋਟ ਨਹੀਂ ਪਾਉਣ ਦਿੰਦੇ ਉਹਨਾਂ ਨੂੰ ਇੱਥੇ, ਝਾੜੂ ਨਾ ਝਾੜੂ ਨੂੰ ਵੋਟ ਪਏ, ਨਾ ਕਾਂਗਰਸ ਨੂੰ ਪਏ। ਜੇ ਉਹ ਬਾਰਡਰ ਸੀਲ ਕਰਦੇ, ਆਪਾਂ ਵੋਟਾਂ ਨਾਲ ਬਾਰਡਰ ਸੀਲ ਕਰੇ, ਉਹਨਾਂ ਨੇ ਤਾਂ ਬੰਬਾਂ ਨਾਲ ਸੀਲ ਕੀਤਾ ਸੀ ਨਾ। ਆਪਾਂ ਵੋਟਾਂ ਨਾਲ 13 ਦੀਆਂ 13 ਸੀਟਾਂ ਜਿਤਾ ਦਿਓ ਅਤੇ ਦੱਸ ਦਿਓ ਕਿ ਪੰਜਾਬ ਕਿਹੜੇ ਪਾਸੇ ਖੜਾ, ਪੰਜਾਬ ਦਾ ਕਿਸਾਨ ਗਰੀਬ ਕਿਹੜੇ ਪਾਸੇ ਖੜਾ। ਜੇ ਹਲੇ ਵੀ ਨਾ ਫੈਸਲਾ ਕੀਤਾ ਫਿਰ ਪਤਾ ਨਹੀਂ ਕੀ ਹੋਊਗਾ, ਮੈਨੂੰ ਤਾਂ ਆਪਣੀ ਫਿਰ ਆਪਣੀ ਕੌਮ 'ਚ ਮੈਨੂੰ ਲੱਗਦਾ ਉਹ ਜਜ਼ਬਾ ਨਹੀਂ ਰਹੂਗਾ। ਮੈਂ ਤਾਂ ਸਹੀ ਮੈਨੇ ਤੇਰੇ ਦੇਖਣਾ ਚਾਹੁੰਦਾ ਰਿਜ਼ਲਟ, ਤੂੰ ਦੇਖਣਾ ਚਾਹੁੰਦਾ ਕਿ ਲੋਕ ਆਪਣਾ ਖਾਲਸਾ ਪੰਥ ਪੰਜਾਬ। ਦੇਖੋ ਅਕਾਲੀ ਦਲ ਇੱਕ ਪਾਰਟੀ ਹੈ ਜਿਹੜੇ ਪੰਜਾਬ ਨੂੰ ਜੋੜ ਕੇ ਰੱਖਣਾ ਚਾਹੁੰਦੀ ਹੈ, ਸਾਰੇ ਧਰਮਾਂ ਨੂੰ ਇਕੱਠੇ ਰੱਖਦੀ ਹੈ। ਆਹ ਦੂਜੀਆਂ ਪਾਰਟੀਆਂ ਦੇ ਇੱਕ ਧਰਮ ਨੂੰ ਦੂਜੇ ਲੜਾ ਕੇ ਉਹਨਾਂ ਦਾ ਮਤਲਬ ਲੜਨ ਲੋਕੀ ਤੇ ਤਾਂ ਵੋਟਾਂ ਆਉਣਾ। ਅਸੀਂ ਕਹਿੰਦੇ ਕਿ ਜੋੜੋ ਸਾਡੇ ਵਾਸਤੇ, ਪੰਜਾਬ ਤਰੱਕੀ ਕਰੂਗਾ ਤਾਂ, ਪੰਜਾਬ ਸ਼ਾਂਤੀ ਰਹੂਗੀ ਤਾਂ ਤਰੱਕੀ ਹੋਊਗੀ, ਸਾਡੇ ਵਾਸਤੇ ਸਾਰਾ ਕੁਛ ਪੰਜਾਬ ਹੈ। ਇਸ ਕਰਕੇ ਅੱਜ ਪ੍ਰੋਫੈਸਰ ਸੁਮੇਧ ਸੀਰਾ ਜੀ ਆਏ ਹੈ, ਦੇਖੋ ਸਟੇਟ ਐਗਜ਼ੈਕਟਿਵ ਮੈਂਬਰ ਬੀਜੇਪੀ ਦੇ ਹੈ, ਬਹੁਤ ਮਿਹਨਤੀ ਹੈ, ਤੇ ਮੈਂ ਕਹਿੰਦਾ ਤੁਹਾਨੂੰ ਸਭ ਤੋਂ ਵੱਡੀ ਵਧਾਈ, ਤੁਸੀਂ ਬੀਜੇਪੀ ਛੱਡੀ। ਜਿਹੜਾ ਆਪਣਾ ਖਾਲਸਾ ਬੀਜੇਪੀ ਜਾਂਦਾ ਨਾ, ਇਹਦਾ ਮਤਲਬ ਯਾਰ ਉਹਦਾ DNA ਟੈਸਟ ਕਰਾਉਣਾ ਚਾਹੀਦਾ, ਸਹੀ ਮੰਨਣ। ਹੁਣ ਜਿਹੜੀ ਥੈਂਕ ਯੂ ਤੁਸੀਂ ਯੂ ਆਰ ਗ੍ਰੇਟ, ਤੇ ਮੈਂ ਇਹਨਾਂ ਨੂੰ ਮਾਣ, ਸਾਨੂੰ ਬੜਾ ਇਹਨਾਂ ਦੀ ਲੋੜ ਹੈ, ਤੇ ਪਾਰਟੀ ਦੇ ਇਹਨਾਂ ਨੂੰ ਵਾਈਸ ਪ੍ਰੈਸੀਡੈਂਟ ਵੀ ਬਣਾਉਣੇ ਆ। ਤੁਸੀਂ ਹੁਣ ਸੇਵਾ ਸੰਭਾਲੋ, ਤੁਸੀਂ ਸਮੋਲਾ ਤੇ ਪਟਿਆਲੇ ਵਾਲਿਓ, ਪਾਰਲੀਮੈਂਟ ਮੈਂਬਰ ਅਕਾਲੀ ਦਲ ਦਾ ਚਾਹੀਦਾ ਪਟਿਆਲੇ ਤੋਂ। ਆ ਰਾਜਿਆਂ ਨੂੰ ਬਹੁਤ ਦੇਖ ਲਿਆ, ਰਾਜੇ ਰਾਣੀਆਂ ਨੂੰ ਤੁਸੀਂ ਬਹੁਤ ਦੇਖ ਲਿਆ, ਡੱਕਾ ਨਹੀਂ ਤੋੜਿਆ ਤੁਹਾਡੇ ਵਾਸਤੇ, ਨਾ ਮਿਲਣ ਆਉਂਦੇ ਹੈ। ਜੇ ਤੁਹਾਡੇ ਹੈ ਤੇ ਇਕੱਲੇ ਹੈ ਤੁਹਾਡੀ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ, ਬਹੁਤ ਬਿੱਲਾ ਜੀ ਦਾ ਬਹੁਤ, ਆਹ ਇੱਕ ਬੜਾ ਸਾਡਾ ਕੋਲ ਹੀਰਾ, ਬਹੁਤ ਮਿਹਨਤੀ ਹੈ, ਸਾਰੀ ਟੀਮ ਲੱਗੀ ਹੈ। ਮੈਂ ਦੱਸਾਂ ਪੰਜਾਬ ਬਚਾਓ ਯਾਤਰਾ 'ਚ ਮੈਂ ਤਕਰੀਬਨ 50-60 ਹਲਕੇ ਕੱਢ ਕੇ ਆਇਆ, ਲੋਕਾਂ ਦਾ ਇੰਨਾ ਪਿਆਰ ਮਿਲ ਰਿਹਾ, ਇੱਕ ਤੂਫਾਨ ਹੀ ਖੜਾ ਹੋ ਰਿਹਾ ਲੋਕਾਂ ਵਿੱਚ, ਇੰਨਾ ਗੁੱਸਾ ਦੇਖ ਰਿਹਾ ਝਾੜੂ ਵਾਲਿਆਂ ਦੇ ਖਿਲਾਫ। ਮੈਨੂੰ ਲੱਗਦਾ ਝਾੜੂ ਦਾ ਤਾਂ ਮੈਨੂੰ ਲੱਗਦਾ ਜਿਵੇਂ 92 ਸੀਟਾਂ ਜਿੱਤੀਆਂ ਸੀ ਨਾ, ਇੱਕ ਮੈਂ ਗਰੰਟੀ ਦਿੰਦਾ ਆ 13 ਦੀਆਂ 13 ਸੀਟਾਂ ਜ਼ਮਾਨਤਾਂ ਜ਼ਬਤ ਹੋਣਗੀਆਂ ਝਾੜੂ ਵਾਲਿਆਂ ਦੀ, ਤੇ ਉਹਦੇ ਨਾਲ ਬੜਾ ਮੁਕਾਬਲਾ ਕਰ ਰਿਹਾ ਬੀਜੇਪੀ ਥੱਲੇ ਥੱਲੇ, ਕਿਹਦੀ ਕਿਹਦੀ ਬਚੂਗੀ ਉਹਨਾਂ ਦੋਨਾਂ ਚੋਂ।